ਈਵ ਕਰ ਦੇਸਾ ਮੈਨੂੰ ਸਦਾ ਸ਼ੂਟ ਚੱਲ ਰਿਹਾ ਤੂੰ ਇਧਰੋਂ ਆ ਕੇ ਤੂੰ ਇਧਰ ਆ ਸਾਰੇ ਮਦਾ ਉਹਨਾਂ ਨੂੰ ਪਿੱਛੇ ਕਰ ਬਾਈਆਂ ਨੂੰ ਬਾਈ ਅੱਗੇ ਕ੍ਰੋਸ ਕਰ ਜਾ ਜੋ ਇਹ ਚੁੱਪ ਕਰੀ ਬਾਈ ਬਣ ਕੇ ਆ ਚੁੱਪ ਕਰ ਦੇ ਚਾਚਾ ਚਲੋ ਬੜਾ ਪੰਪੀ ਥੱਲੇ ਉਹ ਕਰਨ ਲੱਗਾ ਨਹੀਂ ਠੀਕ ਹੈ ਬਾਪ ਨਾ ਚੁੱਪ ਕਰ ਮਕਲਾਵਾ ਖੜ ਗਏ ਬੈਂਕੜੀ ਚੋੜੇ ਫਿਰ ਬੜੇ ਬਾਈ ਤੈਨੂੰ ਕੀ ਕਹਿ ਰਿਹਾ ਹੈ ਵੇਰਾ ਹਾਂਜੀ ਕਿਵੇਂ ਹੋ ਤੁਸੀਂ ਮੈਂ ਵਧੀਆ ਤੁਸੀਂ ਕੋਨੇ ਕਾਲਜ ਪੜ੍ਹਦੇ ਹੋ ਆਏ ਪਹਿਲੇ ਦਿਨ ਚੱਕ ਰਿਹਾ ਪਹਿਲੇ ਤੂੰ ਕਿਹੜਾ ਪਹਿਲਾਂ ਜਾਣਦਾ ਇਹਨੂੰ ਮੈਂ ਪਹਿਲੇ ਦਿਨ ਰੋਲ ਕਰੇ ਪੜੇ ਇਸ ਤਰ੍ਹਾਂ ਕਰਾਇਆ ਘਰ ਪੋਲ ਰੱਖ ਨਹੀਂ ਹੁੰਦਾ ਇਹਨੂੰ ਮੈਂ ਸਮਝਾ ਦੇ ਦੋ ਹਾਲੇ ਤੈਨੂੰ ਕਹਿਣਾ ਤੇਰੀ ਜੇ ਹੋ ਰਾਜਾ ਕਿਵੇਂ ਹੋ ਤੈਂ ਆ ਕੇ ਸਾਹਮਣੇ ਕੋਲ ਨੀਂਦ ਆ ਰਹੀ ਹੈ ਹਾਂਜੀ ਮੈਂ ਕੋਨੇ ਕਾਲਜ ਪੜ੍ਹਦੇ ਤੁਸੀਂ ਕਿਵੇਂ ਜਾਣਦੇ ਹੋ ਮੇਰੀ ਵੀ ਭੈਣ ਨਾ ਹੈ ਨਹੀਂ ਸੈੱਲ ਡਾਉਣ ਹੈ ਨਾ ਸਿੰਪਲ ਗੱਲ ਹੈ ਸੈੱਲ ਡਾਉਣ ਹੈ ਹੈਗੇ ਸਰਪੰਚ ਆ ਗਿਆ ਸਰਪੰਚ ਕਰੋਨਾ ਦੀ ਗੱਲ ਵਾ ਗਈ ਪੂਰਾ ਭਾਰਤਾ ਲਾ ਬੋਲੀ ਠੀਕ ਹੈ ਤੇਰੀ ਇਹ ਕਮੀ ਦੀ ਆ ਜਾ ਤੇਰੀ ਇਹ ਕਮੀ ਦੀ ਚਲੋ ਉਧਰੇ ਤਾਂ ਆਪ ਪੁੱਪਣੀ ਦਾ ਪਿੱਛੀ ਦਾ ਵਗ ਜਾ ਵਾ ਕੁੜੀ ਚੋਗਾ ਤੇਲੀ ਬਸ ਬੱਬੂ ਓਏ ਖੜ ਜਾ ਉਧਰੋਂ ਆਣਦੇ ਵੀ ਵਧੀਆ ਆਵੇ ਵੀਡੀਓ ਬਾਈ ਨਹੀਂ ਲੰਬੀ ਤਾਂ ਲੈਣੀ ਵੀ ਇਹਨਾਂ ਨੂੰ ਕੋਈ ਮੋਟਰਸਾਈਕਲ ਆ ਜਾ ਦੇ ਪਿੱਛੇ ਰਹਿ ਚੁੱਪ ਕਰ ਜਾ ਚੁੱਪ ਰਹਿ ਐਕਸ਼ਨ ਹਾਂਜੀ ਕਿਵੇਂ ਹੋ ਤੁਸੀਂ ਬੋਲਨੇ ਕਾਲਜ ਪੜ੍ਹਦੇ ਚਲੋ ਆ ਜਾ ਮੈਂ ਛੱਡ ਦਾਂ ਮੈਂ ਵੀ ਜਾਣ ਲੱਗੀ ਸੀ ਰੋਟੀ ਪੜ੍ਹਦੇ ਚਲੋ ਆ ਜਾ ਮੈਂ ਨਾ ਕੋਈ ਗੱਲ ਨਹੀਂ ਮੇਰੀ ਬੱਸ ਆ ਜਾ ਚਲੋ ਤੁਸੀਂ ਕੋਈ ਨਾ ਆ ਜਾ ਮੋਤ ਗਰੀ ਜਾਣਾ ਨਾ ਰਹਿਣ ਦੋ ਕੋਈ ਗੱਲ ਨਹੀਂ ਬੱਸ ਆ ਜਾ ਮੈਂ ਸੁਣੂ ਜਾਣ ਦਾ ਤੁਸੀਂ ਕਿਵੇਂ ਜਾਣਦੇ ਹੋ ਗਲਾਸ ਵੀ ਦਰੋ ਠੰਡਾ ਵੀ ਲਿਆਓ ਰਿਸ਼ਤੇਦਾਰ ਆ ਰਹੇ ਪੂਰੀ ਬਣਾ ਕੇ ਬਾਈ ਨਹੀਂ ਆਉਂਦੀ ਚੁੱਪ ਕਰ ਉੱਚੀ ਬੋਲੋ ਕੱਟ ਕਰ ਗਲੇਡ ਕਰ ਦੇ ਉੱਚੀ ਬੋਲ ਖੜਾ ਹੀ ਕਿਆ ਤੇ ਮੁੱਦਾ ਬਦਲ ਚੱਲ ਰਹੀ ਹੈ ਬਾਈ ਉਹਨੂੰ ਨਾ ਫੜਾ ਤਾ ਨੰਬਰ ਅੱਜ
ਪਹਿਲੀ ਵਾਰੀ ਕਰੀਏ ਜੁੱਤੀਆਂ ਹੈਲੋ ਹੈਲੋ ਨਾ ਨਾ ਮੈਂ ਤਾਂ ਗੱਲ ਫੜਾ ਲੂੰਗਾ ਨਾ ਮੈਂ ਪਾਣੀ ਪੀਂਦਾ ਮੈਂ ਤਾਂ ਤੇਰੇ ਨਾਲ ਗੱਲ ਕਰਦੀ ਹਾਂ ਯਾਰ ਜਿੱਦ ਨਹੀਂ ਕਰਦੇ ਹੁੰਦੇ ਬੱਚਾ ਵਾਂਗੂ ਨਹੀਂ ਨਹੀਂ ਜੀ ਜਿੱਦ ਨਹੀਂ ਮੈਂ ਤਾਂ ਪੈਰ ਲਾ ਤਾ ਗੱਲ ਮੇਰੀ ਵਾਰੀ ਹੋ ਹੈਲੋ ਕੀ ਕਹਿ ਰਹੇ ਸੀ ਕੁਛ ਨਹੀਂ ਮਾਂ ਮੈਂ ਤਾਂ ਤੁਹਾਡੇ ਨਾਲ ਮਰ ਜੂੰਗਾ ਮੈਂ ਤਾਂ ਤੁਹਾਡੇ ਨਾਲ ਹੀ ਗੱਲ ਕਰਨੀ ਹੈ ਅੱਛਾ ਚਲੋ ਠੀਕ ਆ ਚਲੋ ਮੇਰੀ ਹਾਂ ਪਰ ਤੁਸੀਂ ਕੁਛ ਖਾ ਲਓ ਠੀਕ ਹੈ ਚੱਲ ਠੀਕ ਹੈ ਮੈਂ ਖਾਂਦਾ ਨਾ ਓਕੇ ਚੱਲ ਮੈਂ ਕਰਦਾ ਠੀਕ ਮੈਂ ਆਪਣਾ ਰਾਮਣਾ ਐਂਡ ਇੱਥੇ ਕਰਵਾ ਦੇ ਕੀ ਇੱਕ ਮਿੰਟ ਮੈਂ ਸਭ ਕੁਝ ਸੁਣ ਲਿਆ ਤਾਂ ਨੋਟ ਲਈ ਮੇਰਾ ਤਾਂ ਇਦਾਂ ਪੜੀ ਜਾਊਗੀ ਨਾ ਨਾ ਜੋਰ ਦੀ ਅੱਜ ਆ ਸੁੱਚੇ ਮਾਰ ਯਾਰ ਫਿਰ ਇਸ ਕੀ ਜੋ ਦਰਕ ਗਈ ਜੇ ਸੱਪਾ ਵੱਧਿਆ ਵੱਜਿਆ ਤਾਂ ਦੁਬਾਰਾ ਚੱਲ ਦੁਬਾਰਾ ਹੀ ਮਰਦਾ ਆਵ ਕਹਿਣ ਦੀ ਫਰਕੇ ਜਿਵੇਂ ਛੋਟੀ ਜੀ ਵੀਡੀਓ ਤੇ ਕਿੰਨਾ ਟਾਈਮ ਖਰਾਬ ਹੋ ਗਿਆ ਜੀ ਚੁੱਪ ਕਰੋ ਸਾਰੀਆਂ ਗੱਲਾਂ
ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ। ਇਹ ਗੱਲ ਕਹਿ ਕੇ ਨਹੀਂ ਖਤਮ ਮਾਰੀ। ਤੁਹਾਡੇ ਵਰਗੀ ਕਿਸੇ ਕੁੜੀ ਨੂੰ ਪਿਆਰ ਦੇ ਚੱਕਰਾਂ 'ਚ ਫਸ ਕੇ ਉਹਦੇ ਜਿਸਮਾਂ ਨਾਲ ਖੇਡਦੇ ਨੇ ਨਾ, ਪਰ ਉਹਨੂੰ ਪਤਾ ਉਹਨੂੰ ਕੁੜੀ ਨੂੰ ਪਤਾ ਲੱਗਦਾ ਵੀ ਉਹਦੇ ਦਿਲ 'ਤੇ ਜੀ ਬੀਤਦੀ ਹੈ, ਠੀਕ ਹੈ। ਅਤੇ ਮੈਨੂੰ ਫਿਰ ਇਹ ਭਰੋਸਾ ਨਹੀਂ ਸੀ ਕਿ ਮੈਂ ਐਵੇਂ ਕਰਾਂ ਅਤੇ ਇਸ ਤਰ੍ਹਾਂ ਬੁਲਾ ਕੇ ਮੈਨੂੰ ਠੀਕ ਕੀਤਾ, ਠੀਕ ਹੈ। ਉਹ ਗੱਲਾਂ ਤੁਸੀਂ ਵੰਡ ਗੱਲਾਂ ਤੁਸੀਂ ਵੰਡ ਕੇ ਖਾਣਦਿਆਂ ਕਰ ਰਹੇ ਹੋ, ਠੀਕ ਹੈ। ਇਹ ਗੱਲ ਕਹੂ ਗਿਆ ਉਹਦੇ ਥੱਪੜ ਮਾਰਿਆ ਨਾਲ ਦਿਆਂ ਜੀ ਬਾਂਹ ਫੜ, ਠੀਕ ਹੈ। ਨਾ ਨਾ ਅੱਗੇ ਤਾਂ ਕਹੋ ਤੈਂ ਮੈਨੂੰ ਪਿਆਰ ਦੇ ਜਾਲ 'ਚ ਪਸਾ ਕੇ ਤੈਂ ਮੇਰੇ ਜਿਸਮ ਨਾਲ ਖੇਡਿਆ ਅਤੇ ਮੈਨੂੰ ਕੀਤਾ ਵੀ ਤੂੰ ਮੇਰੇ ਨਾਲ ਐਵੇਂ ਕਰਿਆ। ਵਾਅਦੇ ਤਾਂ ਵੱਡੇ ਪਿਆਰ ਦੇ ਕਰ ਰਹੇ ਸੀ ਵਿਆਹ ਕਰਾਉਣ ਦੇ, ਉਹ ਕਿੱਥੇ ਗਏ ਤੇਰੇ ਵਾਅਦੇ? ਜਿਹੜਾ ਹੁਣ ਤੂੰ ਵੰਡ ਕੇ ਖਾਣ ਦੀਆਂ ਗੱਲਾਂ ਕਰ ਰਿਹਾ, ਠੀਕ ਹੈ। ਫਿਰ ਅਸੀਂ ਵੰਡ ਕੇ ਖਾਣ ਕੇ ਗੱਲਾਂ ਕਰਦੇ, ਥੱਪੜ ਮਾਰਿਆ ਨਾਲ ਕਿਹਾ ਬਾਂਹ ਫੜ ਦਿੱਤੀ। ਚੱਲ ਬਈ ਮਾਰਨਾ, ਬੜੀਆਂ ਵੱਡੇ ਵੱਡੇ ਗੱਲਾਂ ਕਰਦਾ ਸੀ, ਮੈਂ ਤੇਰੇ ਨਾਲ ਵਿਆਹ ਕਰਾਉਂਗਾ, ਪਿਆਰ ਕਰਦਾ ਹੈ। ਹੁਣ ਤੇਰੀਆਂ ਕਿੱਥੋਂ ਦੀਆਂ ਗੱਲਾਂ? ਰੁਕੋ, ਕੀ ਹੋਇਆ ਕੁੜੀਏ? ਗੱਲ ਬਸ ਫਲੈਸ਼ ਹੋਇਆ ਕਰੀ ਬਾਪੂ, ਸਾਰੀ ਗੱਲ ਐਵੇਂ ਹੈ, ਠੀਕ ਹੈ। ਛੱਡ ਦੇ ਇਸ ਹੱਥ ਬਾਪੂ ਜੀ, ਸਾਰੀ ਗੱਲ ਐਵੇਂ ਹੈ, ਠੀਕ ਹੈ। ਫਿਰ ਰੋਮੈਂਟਲ ਤਾਂ ਅੱਗੇ ਤੈਨੂੰ ਦੱਸ ਗਿਆ ਜਿਹੜਾ ਕੁਛ। ਐਕਸ਼ਨ, ਕੀ ਹੋਇਆ ਕੁੜੀਏ? ਬਾਪੂ ਸਾਰੀ ਗੱਲ ਐਵੇਂ ਆ, ਤੇਰੇ ਨਾਲ ਬਣਨਾ ਵੀ ਇਹੋ ਜਿਹਾ ਕੁਛ ਚਾਹੀਦਾ ਜਿਹੜਾ ਤੁਸੀਂ ਮਾਂ ਪਿਓ ਦੀ ਇੱਜ਼ਤ ਰੋਲ ਕੇ ਤੁਸੀਂ ਮੋਟਰ ਧੱਕੇ ਖਾਂਦੀ ਫਿਰਦੀ ਹੈ। ਬਾਪੂ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ, ਮੈਂ ਇਹਦੇ ਪਿੱਛੇ ਲੱਗ ਕੇ ਇੰਨਾ ਵੱਡਾ ਕਦਮ ਚੱਕ ਲਿਆ। ਚੱਲ ਜਿਹੜਾ ਕੁਛ ਹੋ ਗਿਆ ਤਾਂ ਭੱਜੋ ਤੁਸੀਂ। ਮੈਨੂੰ ਰੱਖਣਾ ਪੜਿਆ ਕਰ ਪਟਾ ਨਾਲ, ਪੰਜਾਬੀ ਫਿਰ ਜ਼ਰੂਰੀ ਹੈ। ਖੜ ਜਾ, ਬੰਦ ਕਰ ਲੈ ਇਹਨੂੰ। ਬਸ ਉੱਥੇ ਫਰੰਟ ਤੋਂ ਲੈ ਲੈ, ਜੇ ਇੱਧਰ ਟੱਪ ਗਏ ਬਸ ਇੰਨਾ ਇਹਨਾਂ ਦਾ ਲੈ ਲੈ। ਮੋਟਰੇ ਟੈਂਕਰ ਚ ਬੱਕ ਕੇ ਜਾਉਂ ਮੈਂ। ਹੋਰ ਸੌਕ ਸਾਈਡ ਕੋਲ ਜਾ, ਹੋਰ ਕੇ ਸਾਹਮਣੇ ਰਿਸਕੋਟਾ ਲੈ ਜਾ। ਆ ਜਾ ਗੁੜੀਆ, ਮੈਂ ਵੀ ਰਾਈ ਵੀ ਨਾਲੇ ਦਾ ਟੋਪੀ ਕੇ ਜਾਵੇ ਨਾਲੇ ਨਹੀਂ। ਤੂੰ ਵੀ ਨਾਲੇ ਨਹੀਂ ਦੀ ਜਾ, ਕਾ ਮੋਟਰੇ ਮੈਂ ਤੇ ਇੱਧਰ ਆ ਵਿੱਕੀ, ਇੱਧਰ ਹੋ ਜਾ। ਚਲ ਬਈ ਆ ਬੈਗ ਚੱਕ ਲੋ ਕੁਛ ਪੋ। ਅੱਛਾ ਤਾਂ ਯਾਰ ਆਈ ਬਈ ਆ ਵੀ ਖੇਡਦੀ ਹੈ ਤੂੰ ਤਾਂ। ਹੋਰ ਚਲ ਬਈ ਥਵੇ ਚਲਾਈ, ਚਲ ਮੇਰਾ ਫਿਰ ਕਰ ਲੋ ਮੈਂ ਇਹ ਸਮਾਨ ਜੇ ਗੱਡੀ ਦਾ ਕਿਸੇ ਦਾ ਰਮਣ ਦਾ ਸਮਾਨ ਜੇ ਤੇਰਾ ਸਮਾਨ ਹੈ ਲੈ ਉਹ ਵਕਤ ਹੋ ਗਿਆ ਥੋੜੇ ਦਿਨ ਰਹਿ ਗਏ ਇਹ ਦੇਖ ਟਰਾਲੀ ਮੈਂ ਜਾਏਗਾ ਹਾਂਜੀ ਕੇਸ ਲਾਮਾ ਸਵਰਾਜ
ਤੇਰੇ ਨਾਲ ਇਹ ਹੱਥਾਂ ਵਾਲੀ ਪਾਰਟੀ ਦੇ ਦੀ ਮੈਂ ਕਰ ਲਾਂ ਜੀ ਉੱਪਰ ਜਾਣਿਆ ਤੇ ਜਾਈ ਰਹੀ ਹੈ ਲਵਾਂ ਭਗ ਜੀ ਹੁਣ ਜਾ ਸਕੋ ਥੈਂਕ ਯੂ ਉਹਨੂੰ ਨਾ ਕਹਾਂ ਕੇ ਆਇਆ ਤੂੰ ਰੀਤੀ ਇਹ ਠੇਰ ਦੀ ਗੱਲ ਆ ਜੀ ਸਿੱਧੀ ਕਰਾਂ ਮਵੇਂ ਆ ਪਿਛਲੇ ਟਾਈਮ ਬਾਣੀ ਲੈ ਚੁੱਪ ਕਰ ਜਾਓ ਚੁੱਪ ਕਰ ਜਾਓ ਗੁਰਪ੍ਰੀਤ ਚੁੱਪ ਕਰ ਜਾਓ हेलो दयालू है दयालू